ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਅਮਰਜੈਂਸੀ ਬੁਲੇਟਨ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਬੁਲੇਟਨ ਦੇ ਵਿੱਚ ਦੱਸਾਂਗੇ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਤੋਂ ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਖਬਰ ਤੁਹਾਨੂੰ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਬਾਰੇ ਦੱਸ ਦਿੰਦੇ ਹਾਂ ਕਿਉਂਕਿ ਬੁੱਧਵਾਰ ਤੋਂ ਹੀ ਭਾਰਤ ਸਣੇ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਮਿਲੇ ਵੇਰੀਐਂਟ ਓਮੀਕਰੋਨ ਨੇ ਸਰਕਾਰਾਂ ਦੇ ਵਿੱਚ ਡਰ ਜ਼ਰੂਰ ਫੈਲਾ ਰੱਖਿਆ ਹੈ ਭਾਰਤ ਦੇ ਵਿੱਚ ਜੇ ਆਮ ਲੋਕਾਂ ਦੀ ਗੱਲ ਕਰ ਲਈਏ ਤਾਂ ਕਿਉਂਕਿ ਜ਼ਿਆਦਾਤਰ ਵੈਕਸੀਨੇਸ਼ਨ ਕਰਵਾ ਲਈ ਹੈ ਲੋਕਾਂ ਨੇ ਤਾਂ ਡਰ ਹੈ ਜਿਹੜਾ ਉਹ ਇੰਨਾ ਜ਼ਿਆਦਾ ਹਉਆ ਬਣ ਕੇ ਲੋਕਾਂ ਦੇ ਮਨ ਦੇ ਵਿੱਚ ਘਰ ਨਹੀਂ ਕਰ ਕਰ ਰਿਹਾ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਪਰ ਇਹ ਵਾਇਰਸ ਦਾ ਜਿਹੜਾ ਨਵਾਂ ਸਰੂਪ ਹੈ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਪਾਇਆ ਗਿਆ ਉਸ ਤੋਂ ਬਾਅਦ ਹਾਂਗਕਾਂਗ ਤੇ ਇਜ਼ਰਾਈਲ ਸਮੇਤ ਹੋਰ ਥਾਵਾਂ ਤੋਂ ਵੀ ਮਿਲ ਚੁੱਕਿਆ ਹੈ ਤੇ WHO ਨੇ ਇਸ ਦੀ ਪੁਸ਼ਟੀ ਕੀਤੀ ਹੈ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਬਹੁਤੇ ਲੋਕਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਹੁੰਦਾ ਬਹੁਤ ਲੋਕ ਮੰਨਦੇ ਨੇ ਕਿ ਕਰੋਨਾ ਵਾਇਰਸ ਦਾ ਥੋੜੇ ਜਿੇ ਚਿਰ ਬਾਅਦ ਸਰਕਾਰਾਂ ਰੌਲਾ ਪਾ ਦਿੰਦੀਆਂ ਨੇ ਪਰ ਅਸੀਂ ਇਸ ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਆਮ ਲੋਕਾਂ ਦੀ ਰਾਏ ਜ਼ਰੂਰ ਹੈ ਤੇ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਓਮੀਕਰੋਨ ਦਾ ਰੂਪ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਭਾਰਤ ਦੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਸੂਬਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਨੇ ਤੇ ਓਮੀਕਰੋਨ ਤੋਂ ਬਚਾਅ ਲਈ ਸਖਤੀ ਕਰਨ ਵਾਸਤੇ ਕਿਹਾ ਹੈ ਉਨਾ ਕਹਿਆ ਕਿ ਕਿਸੇ ਵੀ ਕਿਸਮ ਦੀ ਢਿੱਲ ਮਹਿੰਗੀ ਪੈ ਸਕਦੀ ਹੈ ਜਿਸ ਕਰਕੇ ਪੂਰੀ ਚੌਕਸੀ ਰੱਖਣ ਦੇ ਨਾਲ-ਨਾਲ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਟੀਕਾ ਕਰਨ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਯਾਨੀ ਕਿ ਪੂਰੇ ਪੂਰੇ ਸੰਕੇਤ ਆਪਾਂ ਨੂੰ ਮਿਲ ਰਹੇ ਨੇ ਕਿ ਹੁਣ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਪਾਬੰਦੀਆਂ ਲਾਉਣਗੀਆਂ ਤੇ ਕਈ ਥਾਵਾਂ ਤੇ ਲਾ ਵੀ ਦਿੱਤੀਆਂ ਨੇ ਤੇ ਇਹ ਜਿਹੜੇ ਆਉਂਦੇ ਦਿਨਾਂ ਦੇ ਸੰਕੇਤ ਹੈਗੇ ਨੇ ਕਿ ਹੁਣ ਜਿੱਥੇ ਪੂਰੀ ਦੁਨੀਆ ਦੇ ਵਿੱਚ ਸਭ ਕੁਝ ਖੁੱਲ ਗਿਆ ਸੀ ਤੇ ਮੋੜ ਤੋਂ ਜਿਹੜਾ WHO ਨੇ ਕਿਹਾ ਕਿ ਓਮੀਕਰੋਨ ਹੈ ਜਿਹੜਾ ਉਹ ਆ ਚੁੱਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਉੱਚ ਪੱਧਰੀ ਮੀਟਿੰਗ ਕੀਤੀ ਹੈ ਤੇ ਚੌਕਸੀ ਵਧਾਉਣ ਦਾ ਸੱਦਾ ਦਿੱਤਾ ਹੈ ਸਾਰੇ ਵਿਦੇਸ਼ੀ ਮੁਸਾਫਿਰ ਜਿਹੜੇ ਵਿਦੇਸ਼ਾਂ ਤੋਂ ਆਉਣਗੇ ਉਹਨਾਂ ਦੀ ਸਖਤ ਜਾਂਚ ਤੇ ਟੈਸਟਿੰਗ ਦੇ ਹੁਕਮ ਦੇ ਦਿੱਤੇ ਨੇ ਖਬਰਾਂ ਦੇ ਮੁਤਾਬਕ ਮਹਾਰਾਸ਼ਟਰ ਕਰਨਾਟਕ ਤੇ ਗੁਜਰਾਤ ਨੇ ਨਵੀਆਂ ਕੋਵਿਡ ਹਦਾਇਤਾਂ ਜਾਰੀ ਵੀ ਕਰ ਦਿੱਤੀਆਂ ਨੇ ਟਾਈਮਜ਼ ਆਫ ਇੰਡੀਆ ਦੀ ਖਬਰ ਦੇ ਮੁਤਾਬਕ ਦਿੱਲੀ ਦੇ ਗਵਰਨਰ ਅਤੇ ਮੱਧ ਪ੍ਰਦੇਸ਼ ਕੇਰਲਾ ਉੱਤਰਾਖੰਡ ਦੇ ਮੁੱਖ ਮੰਤਰੀਆਂ ਨੇ ਆਪੋ ਆਪਣੇ ਸੂਬਿਆਂ ਦੇ ਵਿੱਚ ਵਿਦੇਸ਼ੀ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਬਾਰੇ ਨਵੀਆਂ ਕੋਵਿਡ ਹਦਾਇਤਾਂ ਜਾਰੀ ਕਰ ਦਿੱਤੀ ਯਾਨੀ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਸ੍ਰੀ ਬਿਊਟੀਫੁੱਲ ਦੇ ਪ੍ਰਸ਼ਾਸਨ ਨੇ ਵੀ ਇਹ ਹੁਕਮ ਚਾਰ ਦਿੱਤੇ ਨੇ ਕਿ ਜਿਹੜੇ ਵੀ ਦੱਖਣੀ ਅਫਰੀਕਾ ਸਮੇਤ ਹੋਰ ਮੁਲਕਾਂ ਤੋਂ ਲੋਕ ਆਉਣਗੇ ਵਿਦੇਸ਼ਾਂ ਤੋਂ ਆਉਣਗੇ ਉਹਨਾਂ ਦੀ ਟੈਸਟਿੰਗ ਜ਼ਰੂਰ ਹੋਵੇਗੀ ਅਤੇ ਉਹਨਾਂ ਨੂੰ ਕਵਾਰੰਟਾਈਨ ਵੀ ਕੀਤਾ ਜਾਵੇਗਾ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਕਵਾਰੰਟਾਈਨ ਕੀਤਾ ਜਾਏਗਾ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਅਪੀਲ ਕੀਤੀ ਸੀ ਕਿ ਜਿਹੜੇ ਮੁਲਕਾਂ ਦੇ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਆ ਚੁੱਕਿਆ ਹੈ ਉੱਥੋਂ ਫਲਾਈਟਾਂ ਬੰਦ ਕਰ ਦਿੱਤੀਆਂ ਜਾਣ ਤੇ ਹੁਣ ਭਾਰਤ ਜਿਹੇ ਦੌਰ ਦੇ ਵਿੱਚ ਸੀ ਕਿ 15 ਦਸੰਬਰ ਤੋਂ 2-3 ਦਿਨ ਪਹਿਲਾਂ ਹੀ ਸਾਰੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤੇ 15 ਦਸੰਬਰ ਤੋਂ ਜਿਹੜੀਆਂ ਸਾਰੀਆਂ ਫਲਾਈਟਾਂ ਖੋਲਣ ਦਾ ਐਲਾਨ ਹਾਲੇ ਵੀ ਜਿਹੜਾ ਬਰਕਰਾਰ ਹੈਗਾ ਪਰ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਜਿਹੜੇ ਮੁਲਕਾਂ ਦੇ ਵਿੱਚ ਓਮੀਕਰੋਨ ਮਿਲਿਆ ਹੈ ਉੱਥੇ ਹਜੇ ਉਡਾਣਾ ਸ਼ੁਰੂ ਨਹੀਂ ਹੋਣਗੀਆਂ 15 ਮੁਲਕ ਜਿਨ੍ਹਾਂ ਦੇ ਵਿੱਚ برطانیہ, फ्रांस, जर्मनी, नीदरलैंड्स, फिनलैंड, ब्राजील, बांग्लादेश, चीन, मॉरिशियस, न्यूजीलैंड, जिम्बाब्वे ਤੇ सिंगापुर ਦੇ ਲਈ 100% ਦੀ ਹਵਾਈ ਸੇਵਾ ਨਹੀਂ ਸ਼ੁਰੂ ਕੀਤੀ ਜਾਵੇਗੀ। ਭਾਰਤ ਤੋਂ ਬਿਨਾਂ ਹੋਰ ਕਿਹੜੇ ਮੁਲਕ ਨੇ ਜਿਹੜੇ ਸਫ਼ਰ ਤੇ ਪਾਬੰਦੀਆਂ ਲਾ ਰਹੇ ਨੇ, ਸਭ ਤੋਂ ਪਹਿਲਾਂ ਪਾਕਿਸਤਾਨ ਦਾ ਦੱਸ ਦਿੰਨੇ ਆ ਕਿ ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੇ ਕੋਆਰਡੀਨੇਂਸ ਜਾਰੀ ਕਰਕੇ 7 ਮੁਲਕਾਂ ਦੇ ਲਈ ਸਫ਼ਰੀ ਪਾਬੰਦੀਆਂ ਜਾਰੀ ਕਰ ਦਿੱਤੀਆਂ ਨੇ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਅਗਲੇ ਹਫਤੇ ਤੋਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਸਮੇਂ ਅਤੇ ਜਨਤਕ ਵਾਹਨਾਂ ਦੀ ਵਰਤੋਂ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਯਾਨੀ ਕਿ ਹਰ ਟਾਈਮ ਨਹੀਂ ਪਾਣਾ ਪਾਜੋ ਤੁਸੀਂ ਦੁਕਾਨਾਂ ਤੇ ਜਾਓਗੇ, ਚੀਜ਼ਾਂ ਖਰੀਦਣ ਜਾਓਗੇ ਜਾਂ ਫਿਰ ਤੁਸੀਂ ਜਨਤਕ ਵਾਹਨਾਂ ਦੇ ਵਿੱਚ ਚਾਹੇ ਤੁਸੀਂ ਮੈਟਰੋ ਦੇ ਵਿੱਚ ਜਾਂ ਫਿਰ ਤੁਸੀਂ ਬੱਸਾਂ ਆਦਿ ਦੇ ਵਿੱਚ ਸਫ਼ਰ ਕਰੋਗੇ, ਟੈਕਸੀ ਦੇ ਵਿੱਚ ਸਫ਼ਰ ਕਰੋਗੇ ਤਾਂ ਮਾਸਕ ਬਰਤਾਨੀਆਂ ਦੇ ਵਿੱਚ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। European Centre for Disease Prevention and Control ਨੇ ਚੇਤਾਵਨੀ ਦਿੱਤੀ ਹੈ ਕਿ ਨਵਾਂ ਵਾਇਰਸ ਯੂਰਪ ਦੇ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ ਵੈਕਸੀਨ ਦੇ ਵੱਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਦੇ ਵਿੱਚ ਵੀ ਸਨ ਲਾ ਸਕਦਾ ਹੈ ਯਾਨੀ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਕਰਵਾਈ ਹੋਈ ਹੈ ਦੋਵੇਂ ਦੋਵੇਂ ਡੋਜ਼ੇ ਲਿਆਂ ਨੇ ਉਹਨਾਂ ਦੇ ਲਈ ਵੀ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ ਅਮਰੀਕਾ ਕੈਨੇਡਾ ਸਮੇਤ ਕਈ ਮੁਲਕਾਂ ਨੇ ਦੱਖਣੀ ਅਫਰੀਕਨ ਮੁਲਕਾਂ ਦੇ ਲਈ ਉਡਾਣਾਂ ਤੇ ਰੋਕ ਲਾ ਦਿੱਤੀ ਹੈ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਸਮੇਤ 9 ਮੁਲਕਾਂ ਦੀਆਂ ਹਵਾਈ ਉਡਾਣਾਂ ਤੇ ਅਣਮਿੱਥੇ ਸਮੇਂ ਦੇ ਲਈ ਰੋਕ ਲਾ ਦਿੱਤੀ ਹੈ ਹੁਣ ਜੇ ਦੱਖਣੀ ਅਫਰੀਕਾ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਗिला ਜ਼ਰੂਰ ਕੀਤਾ ਹੈ ਕਿ ਅਸੀਂ ਫੁਰਤੀ ਨਾਲ ਪੂਰੀ ਦੁਨੀਆ ਨੂੰ ਕੋਵਿਡ ਦੇ ਨਵੇਂ ਵੇਰੀਐਂਟ ਬਾਰੇ ਇਤਲਾਹ ਦਿੰਦੀ ਹੈ ਪਰ ਬਦਲੇ ਦੇ ਵਿੱਚ ਸਾਡੇ ਸ਼ਲਾਘਾ ਕਰਨ ਦੀ ਥਾਂ ਸਾਡੇ ਤੇ ਪਾਬੰਦੀਆਂ ਲਾ ਕੇ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਸੂ ਯੂਰਪੀਅਨ ਮੁਲਕਸ ਸਵਿਟਜ਼ਰਲੈਂਡ ਬਰਤਾਨੀਆ ਸਿੰਗਾਪੁਰ ਇਟਲੀ ਫਰਾਂਸ ਇਜ਼ਰਾਈਲ ਜਾਪਾਨ ਤੇ ਸਾਰੇ ਉੱਤਰੀ ਅਮਰੀਕੀ ਤੇ ਪੱਛਮੀ ਏਸ਼ੀਆਈ ਖੇਤ ਦੇ ਜਿਹੜੇ ਮੁਲਕ ਹੈਗੇ ਨੇ ਉਹ ਇਨ੍ਹਾਂ ਸਫਰੀ ਪਾਬੰਦੀਆਂ ਦੇ ਵਿੱਚ ਸ਼ਾਮਲ ਨੇ ਤੇ ਉਧਰ ਕਰਨਾਟਕਾ ਦੇ ਵਿੱਚ ਜਿਹੜੇ ਦੋ ਜਣੇ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਸੀ ਉਹਨਾਂ ਦੇ ਲਈ ਰਾਹਤ ਭਰੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ ਨਹੀਂ ਹੈ ਬਲਕਿ ਪੁਰਾਣਾ ਰੂਪ ਹੀ ਹੈ ਇਹ ਵੀ ਜਾਣਕਾਰੀ ਦਿੱਤੀ ਹੈ ਕਰਨਾਟਕਾ ਦੇ ਅਧਿਕਾਰੀਆਂ ਨੇ ਕਿ 1 ਨਵੰਬਰ ਤੋਂ 26 ਨਵੰਬਰ ਤੱਕ 94 ਲੋਕ ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਨੇ ਜਿਨ੍ਹਾਂ ਵਿੱਚੋਂ ਦੋ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਦੋਵਾਂ ਨੂੰ ਵੱਖ-ਵੱਖ ਥਾਵਾਂ ਤੇ ਰੱਖਿਆ ਗਿਆ ਹੈ ਅਧਿਕਾਰੀ ਉਹਨਾਂ ਤੇ ਨਜ਼ਰ ਰੱਖ ਰਹੇ ਨੇ ਪਰ ਹਾਲ ਦੀ ਘੜੀ ਰਾਹਤ ਵਾਲੀ ਗੱਲ ਇਹ ਹੈ ਕਿ ਦੋਵਾਂ ਦੇ ਵਿੱਚ ਓਮਿਕਰੋਨ ਨਹੀਂ ਹੈ ਕarnataka ਦੇ ਵਿੱਚ ਸਾਰੇ ਵਿਦਿਅਕ ادارے ਸਮੇਤ ਸਮਾਜਿਕ ਤੇ ਸੱਭਿਆਚਾਰਕ ਸਮਾਗਮ ਕਾਨਫਰੰਸਾਂ ਸੈਮੀਨਾਰ ਐਕਾਡੈਮਿਕ ਸਮਾਗਮ ਇਹਨਾਂ ਸਾਰਿਆਂ ਨੂੰ 2 ਮਹੀਨੇ ਮੁਲਤਵੀ ਕੀਤੇ ਜਾਣ ਦੀ ਵੀ ਖਬਰ ਮਿਲ ਰਹੀ ਹੈ Karnataka ਸਰਕਾਰ ਨੇ ਹਾਲ ਹੀ ਵਿੱਚ ਮੈਸੂਰ ਧਾਰਵੜ ਅਤੇ ਬੰਗਲੌਰ ਦੇ ਵਿੱਚ ਕੋਵਿਡ ਦੇ ਖਬਰਾਂ ਤੋਂ ਬਾਅਦ ਇੱਕ ਨਵੀਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਉੱਧਰ ਕਰਨਾਟਕਾ ਐਸੋਸੀਏਸ਼ਨ ਆਫ ਰੈਜ਼ੀਡੈਂਟ ਡਾਕਟਰਸ ਨੇ 29 ਨਵੰਬਰ ਨੂੰ ਤਿੰਨ ਨੁਕਾਤੀ ਮੰਗਾਂ ਨੂੰ ਲੈ ਕੇ ਸਾਰੇ ਮੈਡੀਕਲ ਕਾਲਜਾਂ ਦੇ ਵਿੱਚ ਆਪੀਡੀ ਅਤੇ 98 ਓਟੀ ਸਮੇਤ ਸਾਰੀਆਂ ਓਟੀਜ਼ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਨੂੰ ਵਾਪਸ ਲੈਣ ਲਈ ਸੂਬਾ ਵਿਆਪੀ ਅਣਮਿੱਥੇ ਸਮੇਂ ਦੀ ਹੜਤਾਲ ਦਾ ਸੱਦਾ ਵੀ ਦਿੱਤਾ ਹੈ ਸੋ ਕੋਵਿਡ ਦੇ ਸਮੇਂ ਦੇ ਵਿੱਚ ਜੇ ਕਰਨਾਟਕਾ ਦੇ ਜਿਹੜੇ ਡਾਕਟਰ ਨੇ ਹੜਤਾਲ ਕਰਨਗੇ ਤਾਂ ਕੀ ਹਾਲਾਤ ਹੋਣਗੇ ਇਹ ਸੋਚਿਆ ਜਾ ਸਕਦਾ ਹੈ ਤੇ ਉਧਰ ਓਡੀਸ਼ਾ ਦੇ ਸਰਕਾਰੀ ਗਰਲਸ ਹਾਈ ਸਕੂਲ ਚਮਕਪੁਰ ਦੇ ਵਿੱਚ 25 ਵਿਦਿਆਰਥਣਾਂ ਦੇ कोरोना रिपोर्ट ਪੋਜ਼ਿਟਿਵ ਆਈ ਹੈ ਇਜ਼ਰਾਈਲ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮੱਦੇਨਜ਼ਰ ਸੈਲਾਨੀਆਂ ਦੇ ਲਈ ਆਪਣੇ ਸਾਰੇ ਬਾਰਡਰ ਬੰਦ ਕਰ ਦਿੱਤੇ ਨੇ WHO ਦੇ ਪੁਸ਼ਟੀਕਰਨ ਤੋਂ ਬਾਅਦ ਸਾਰੇ ਮੁਲਕਾਂ ਦੇ ਵਿੱਚ ਲੱਗਦਾ ਹੈ ਕਿ ਜਿਵੇਂ ਇੱਕ ਵਾਰੀ ਭਾਜੜ ਜਿਹੀ ਪੈ ਗਈ ਹੁੰਦੀ ਹੈ ਗੱਲ ਕਰਦੇ ਆ ਸਰਦ ਰੁੱਤ ਸੈਸ਼ਨ ਦੀ ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਸੈਸ਼ਨ ਦੇ ਪਹਿਲੇ ਦਿਨ ਬਿਜਲੀ ਸੋਧ ਬਿੱਲ ਸਮੇਤ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪੈਨਸ਼ਨ ਤੇ ਵਿੱਤੀ ਸੁਧਾਰਾਂ ਸਣੇ ਕੁੱਲ 30 ਬਿੱਲ ਬਿੱਲ ਪੇਸ਼ ਕੀਤੇ ਜਾਣਗੇ ਲੋਕ ਸਭਾ ਸਕੱਤਰੇ ਦੇ ਬੁਲੇਟਿਨ ਦੇ ਮੁਤਾਬਿਕ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ ਪੇਸ਼ ਕੀਤਾ ਜਾਊਗਾ ਹਾਲਾਂਕਿ ਸਰਕਾਰ ਟੇਡੇ ਸ਼ਬਦਾਂ ਦੇ ਵਿੱਚ ਇਹ ਵੀ ਕਹਿ ਰਹੀ ਹੈ ਕਿ ਕਿਸਾਨਾਂ ਦਾ ਇੱਕ ਛੋਟਾ ਜਿਹਾ ਗਰੁੱਪ ਹੈ ਜਿਹੜਾ ਉਹ ਇਹਨਾਂ ਖੇਤੀ ਕਾਨੂੰਨਾਂ ਦੀ ਵਿਰੋਧਤਾ ਕਰ ਰਿਹਾ ਹੈ ਤੇ ਪਹਿਲੇ ਦਿਨ ਬਿਜਲੀ ਸੋਧ ਬਿੱਲ 2021 ਬੈਂਕਿੰਗ ਕਾਨੂੰਨ ਸੋਧ ਬਿੱਲ 2021 ਪੈਨਸ਼ਨ ਸੁਧਾਰ ਨਾਲ ਸੰਬੰਧਿਤ ਪੀਐਫਆਰਡੀਏ ਸੋਧ ਬਿੱਲ ਦਿਵਾਲੀਆਪਨ ਤੇ ਦਿਵਾਲੀਆਪਨ ਦੂਜਾ ਸੋਧ ਬਿੱਲ ਊਰਜਾ ਸੰਭਾਲ ਸੋਧ ਬਿੱਲ ਚਾਰਟਰਡ ਅਕਾਊਂਟੈਂਟਸ ਕਾਸਟ ਐਂਡ ਵਰਕਰ ਅਕਾਊਂਟੈਂਟਸ ਕੰਪਨੀ ਸੈਕਟਰੀਜ਼ ਸੋਧ ਬਿੱਲ 2021 ਸਾਰੇ ਪੇਸ਼ ਕੀਤੇ ਜਾਣਗੇ ਤੇ ਪਾਰਲੀਮੈਂਟ ਦੇ ਸਰਦਰੁੱਤ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਮੋਦੀ ਸਰਕਾਰ ਨੇ ਵਿਰੋਧੀ ਧਿਰਾਂ ਦੀ ਬੈਠਕ ਹੈ ਜਿਹੜੀ ਉਹ ਸੱਦੀ ਕਹਿ ਸਕਦੇ ਆ ਕਿ ਸਰਬ ਪਾਰਟੀ ਬੈਠਕ ਹੈ ਜਿਹੜੀ ਉਹ ਬੁਲਾਈ ਗਈ ਇਸ ਬੈਠਕ ਦੇ ਵਿੱਚ ਵਿਰੋਧੀ ਟਾਟੀਆਂ ਨੇ ਪੈਗਾਸਸ ਜਾਸੂਸੀ ਵਿਵਾਦ ਮਹਿੰਗਾਈ ਅਤੇ ਬੇਰੁਜ਼ਗਾਰੀ ਤੇ ਚਰਚਾ ਦੀ ਮੰਗ ਕੀਤੀ ਸੂਤਰਾਂ ਨੇ ਦੱਸਿਆ ਕਿ ਵਿਰੋਧੀ ਲੀਡਰਾਂ ਨੇ ਪੱਛਮੀ ਬੰਗਾਲ ਸਮੇਤ ਕੁਝ ਸੂਬਿਆਂ ਦੇ ਵਿੱਚ ਬੀਐਸਐਫ ਦੇ ਘੇਰੇ ਨੂੰ ਵਧਾਉਣ ਦਾ ਮਾਮਲਾ ਵੀ ਚੁੱਕਿਆ ਤ੍ਰੇਨਮੂਲ ਕਾਂਗਰਸ ਦੇ ਲੀਡਰਾਂ ਸੰਦੀਪ ਬੰਦੋਪਾਧਿਆ ਅਤੇ ਡਾਇਰੈਕਟ ਕੋ ਬ੍ਰਾਇਨ ਨੇ ਘਟੋ ਘਟ ਸਮਰਥਨ ਮੁੱਲ ਤੇ ਕਾਨੂੰਨ ਲਿਆਉਣ ਦੀ ਗੱਲ ਕੀਤੀ ਯਾਨੀ ਕਿ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਕਿਸਾਨ ਮੋਰਚੇ ਨੇ ਵੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ 29 ਨਵੰਬਰ ਨੂੰ ਸੈਸ਼ਨ ਦੇ ਪਹਿਲੇ ਦਿਨ ਕੇਂਦਰ ਸਰਕਾਰ ਆਪਣੇ ਕਹੇ ਦੇ ਮੁਤਾਬਿਕ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ ਹੈ ਜਿਹੜਾ ਉਹ ਲੈ ਕੇ ਆ ਰਹੀ ਹੈ ਤੇ ਅਸੀਂ ਭਾਰਤ ਸਰਕਾਰ ਨੂੰ ਮੁੜ ਤੋਂ ਇਹ ਯਾਦ ਕਰਵਾਉਨੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਹਾਲੇ ਵੀ ਬਾਕੀ ਨੇ ਪੰਜਾਬ ਦੀ ਚੰਨੀ ਸਰਕਾਰ ਨੇ ਪੁਲਿਸ ਵਿਭਾਗ ਨੂੰ ਯਾਦ ਕਰਵਾਇਆ ਹੈ ਕਿ ਕੁਝ ਦਿਨ ਪਹਿਲਾਂ ਜੋ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਸੀ ਕਿ ਜਿਹੜੇ ਵਿਭਾਗਾਂ ਦੇ ਵਿੱਚ ਰਿਟਾਇਰ ਅਫਸਰ ਤੇ ਕਰਮਚਾਰੀ ਮੋੜ ਤੋਂ ਭਰਤੀ ਕੀਤੇ ਗਏ ਨੇ ਉਹਨਾਂ ਨੂੰ ਤੁਰੰਤ ਹਟਾ ਦਿੱਤਾ ਜਾਵੇ ਉਹਨਾਂ ਦੀ ਤੁਰੰਤ ਛੁੱਟੀ ਕੀਤੀ ਜਾਵੇ ਪਰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਸੋ ਪੰਜਾਬ ਪੁਲਿਸ ਦੇ ਵਿੱਚ ਤੁਰੰਤ ਅਜਿਹੇ ਕਰਮਚਾਰੀਆਂ ਅਫਸਰਾਂ ਦੀ ਤਰ੍ਹਾਂ ਛੁੱਟੀ ਕਰਨ ਲਈ ਮੋੜ ਤੋਂ ਹੁਕਮ ਜਾਰੀ ਕੀਤੇ ਗਏ ਨੇ ਤੇ ਕਿਹਾ ਹੈ ਕਿ 29 ਨਵੰਬਰ ਤੱਕ ਰਿਪੋਰਟ ਭੇਜ ਦਿਓ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਤਵਾਰ ਨੂੰ ਮੋੜ ਟਵੀਟ ਕਰਕੇ ਐਸਟੀਐਫ ਰਿਪੋਰਟ ਸੰਬੰਧੀ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ ਟਵੀਟ ਕਰਕੇ ਕਿ ਹੈ ਕਿ ਇਸ ਰਿਪੋਰਟ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਇਸ ਵਿੱਚ ਕੁਝ ਨਹੀਂ ਹੈ ਤਾਂ ਕੈਪਟਨ ਜ਼ਿੰਮੇਵਾਰ ਹੈ ਤੇ ਜੇ ਕੁਝ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਹਾਈ ਕੋਰਟ ਕੋਲ ਅਪੀਲ ਕਰਨ ਦੀ ਲੋੜ ਹੀ ਨਹੀਂ ਜਦ ਕਿ ਹਾਈ ਕੋਰਟ ਰਿਪੋਰਟ ਖੋਲਣ ਦੇ ਹੁਕਮ ਦੇ ਚੁੱਕੀ ਹੈ ਤੇ ਨਵਜੋਤ ਸਿੰਘ ਸਿੱਧੂ ਵਾਰ-ਵਾਰ ਇਸ ਮਸਲੇ ਤੇ ਟਵੀਟ ਕਰਦੇ ਰਹਿੰਦੇ ਨੇ ਹੁਣ ਪੰਜਾਬ ਦੇ ਡਿਪਟੀ ਸੀਐਮ ਸੁਭਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮਾਮਲੇ ਦੀ ਜਾਂਚ ਲਈ ਇੱਕ ਮੈਮਰੀਅਲ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਇਹ ਕਮੇਟੀ ਇਸ ਗੱਲ ਦੀ ਪੜਤਾਲ ਕਰੇਗੀ ਕਿ ਨਸ਼ਿਆਂ ਦੇ ਕੇਸ ਦੀ ਜਾਂਚ ਵਿੱਚ ਤੇਰੀ ਕਿਉਂ ਹੋਈ ਹੈ ਇਸ ਕਮੇਟੀ ਦੇ ਵਿੱਚ ਚੀਫ ਸੈਕਟਰੀ ਤੋਂ ਇਲਾਵਾ ਪ੍ਰਿੰਸੀਪਲ ਸੈਕਟਰੀ ਹੋਮ ਤੇ ਡੀਜੀਪੀ ਨੂੰ ਸ਼ਾਮਲ ਕੀਤਾ ਗਿਆ ਹੈ ਕਮੇਟੀ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸੌਂਪ ਦੇਵੇ ਹੁਕਮ ਦਿੱਤਾ ਗਿਆ ਹੈ ਚਾਰ ਨੁਕਤਿਆਂ ਦੇ ਉੱਤੇ ਪੜਤਾਲ ਕਰੇਗੀ ਇਹ ਕਮੇਟੀ ਪਹਿਲਾ ਇਹ ਕਿ ਕੀ ਹਾਈ ਕੋਰਟ ਦੇ ਵਿੱਚ ਜਿਹੜੀਆਂ ਸੀਲਬੰਦ ਰਿਪੋਰਟਾਂ ਪਈਆਂ ਨੇ ਉਹਨਾਂ ਮੁਤਾਬਿਕ ਐਸਟੀਐਫ ਦੀ ਅਗਲੇਰੀ ਜਾਂਚ 'ਤੇ ਕੋਈ ਰੋਕ ਹੈ ਦੂਸਰਾ ਕੀ ਐਸਟੀਐਫ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਕੇ ਦਰਛੋਏ ਕਿਸਾਂ ਦੀ ਪੜਤਾਲ ਕਰ ਸਕਦੀ ਹੈ ਤੀਜਾ ਜਦੋਂ ਐਡੀਸ਼ਨਲ ਚੀਫ ਸੈਕਟਰੀ ਹੋਮ ਨੇ ਤਿੰਨ ਵਾਰੀ ਐਸਟੀਐਫ ਮੁਖੀ ਨੂੰ ਅਗਲੇਰੀ ਜਾਂਚ ਲਈ ਲਿਖਿਆ ਤਾਂ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਚੌਥਾ ਨੁਕਤਾ ਇਹ ਹੈ ਕਿ 2013 ਦੀ ਪਟੀਸ਼ਨ ਕਈ ਸਾਲਾਂ ਤੋਂ ਪੈਂਡਿੰਗ ਪਈ ਹੈ ਸੂਬਾ ਸਰਕਾਰ ਨੇ ਵੀ 23 ਮਈ 2018 ਤੋਂ ਬਾਅਦ ਇਸ ਮਾਮਲੇ ਦੀ ਸਹੀ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਇਹ ਪਤਾ ਲਾਇਆ ਜਾਵੇ ਕਿ ਕੀ ਇਸ ਮਾਮਲੇ ਦੀ ਪੈਰਵਾਈ ਜਾਣਬੁੱਝ ਕੇ ਰੋਕੀ ਗਈ ਹੈ ਤੇ ਮਾਮਲਾ ਜਾਣਬੁੱਝ ਕੇ ਲਟਕਾਇਆ ਗਿਆ ਹੈ ਸੋ ਇਹ ਹੁਕਮ ਦੇ ਦਿੱਤੇ ਗਏ ਨੇ ਤੇ ਪੰਜਾਬ ਕਾਂਗਰਸ ਦੇ ਹਾਲਾਤ ਇਸ ਵਕਤੇ ਬਣੇ ਹੋਏ ਨੇ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਜਿੱਥੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਰਹਿੰਦੇ ਨੇ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਕੰਮ ਕਰਵਾਉਂਦੇ ਨੇ ਉੱਥੇ ਸਾਬਕਾ ਕਾਂਗਰਸ ਪ੍ਰਧਾਨ ਵੀ ਲਗਾਤਾਰ ਥੋੜੇ ਥੋੜੇ ਦਿਨਾਂ ਦੇ ਵਕਫੇ ਤੋਂ ਬਾਅਦ ਟਵੀਟ ਕਰਦੇ ਰਹਿੰਦੇ ਨੇ ਵਾਗੀ ਟਵੀਟ ਕਰਦੇ ਨੇ ਸੁਨੀਲ ਜਾਖੜ ਨੇ ਟਵੀਟ ਕਰਕੇ ਆਪਣੀ ਹੀ ਸਰਕਾਰ ਤੇ ਹਮਲਾ ਬੋਲਿਆ ਕਿ ਹੈ ਕਿ ਪੰਜਾਬ ਦੇ ਵਿੱਚ ਡਰਾਮਾ ਹੁਣ ਨਵੀਂ ਪੋਲਿਟੀਕਲ ਕਰੰਸੀ ਬਣ ਚੁੱਕੀ ਹੈ ਜੋ ਕ੍ਰਿਪਟੋ ਕਰੰਸੀ ਵਾਂਗੂ ਹੈ ਵਿਕਦੀ ਤਾਂ ਵੱਧ ਹੈ ਪਰ ਇਸਦੀ ਭਰੋਸੇਯੋਗਤਾ ਨਹੀਂ ਹੈ ਜਾਕਰਦੇ ਸਟਰੀਟ ਨੂੰ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ ਸਿੱਧੂ ਤੇ ਅਕਸਰ ਡਰਾਮੇਬਾਜ਼ੀ ਦੀ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾਂਦੇ ਰਹੇ ਨੇ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਦੇ ਸੰਘਰਸ਼ ਦੇ ਹੱਕ ਦੇ ਵਿੱਚ ਪਹਿਲੀ ਜਿੱਤ ਮਿਲਣ ਤੋਂ ਬਾਅਦ ਲੰਡਨ ਦੇ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਉੱਤੋਂ ਦੇ ਲੋਕਾਂ ਨੇ ਕਿਸਾਨਾਂ ਦੇ ਹਮਾਇਤੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੀ ਜਿੱਤ ਦੀ ਕਾਮਨਾ ਵੀ ਕੀਤੀ ਇਸੇ ਤਰ੍ਹਾਂ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਲੁਧਿਆਣਾ ਦੇ ਵਿੱਚ ਮਹਾ ਰੈਲੀ ਕੀਤੀ ਗਈ ਕਾਰਪੋਰੇਟ ਭਜਾਓ ਦੇਸ਼ ਬਚਾਓ ਪੰਜਾਬ ਬਚਾਓ ਦਾ ਨਾਅਰਾ ਦਿੱਤਾ ਗਿਆ ਇਸੇ ਤਰ੍ਹਾਂ ਮੁੰਬਈ ਦੇ ਵਿੱਚ ਸ਼ਹਿਦਕਾਰੀ ਕਾਮਗਰ ਮਹਾਪੰਚਾਇਤ ਕੀਤੀ ਗਈ ਜਿੱਥੇ ਖਾਸ ਤੌਰ ਤੇ ਰਾਕੇਸ਼ ਟਿਕੈਤ ਪਹੁੰਚੇ ਇੱਕ ਦਿਨ ਪਹਿਲਾਂ ਰਾਕੇਸ਼ ਟਿਕੈਤ ਪੰਜਾਬ ਮੌਜੂਦ ਸਨ ਤੇ ਦੂਸਰੇ ਦਿਨ ਮੁੰਬਈ ਦੀ ਇਸ ਮਹਾਪੰਚਾਇਤ ਦੇ ਵਿੱਚ ਦੇਖੇ ਗਏ ਲਗਾਤਾਰ ਕਿਸਾਨ ਲੀਡਰ ਯਾਦ ਕਰਵਾ ਰਹੇ ਨੇ ਸਰਕਾਰ ਨੂੰ ਵਾਰ-ਵਾਰ ਦੁਹਰਾ ਕੇ ਦੱਸ ਰਹੇ ਨੇ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਹਾਲੇ ਪੈਂਡਿੰਗ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ ਮੰਨੀਆਂ ਜਾਣ ਤਾਂ ਹੀ ਅਸੀਂ ਮੋਰਚੇ ਛੱਡ ਕੇ ਜਾਵਾਂਗੇ ਤੋ ਕਿਸਾਨ ਅੰਦੋਲਨ ਭਾਰਤ ਹੀ ਨਹੀਂ ਪੂਰੀ ਦੁਨੀਆ ਤੇ છਾਇਆ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪ੍ਰਕਾਸ਼ ਪੁਰਬ ਵਾਲੇ ਦਿਨ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਤਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਕਿਸਾਨਾਂ ਦੇ ਹਮਾਇਤੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕੈਲਗਰੀ ਦੇ ਵਿੱਚ ਕਿਸਾਨਾਂ ਦੇ ਜਿੱਤ ਦੀਆਂ ਧੂਮਾਂ ਪਈਆਂ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਗੂੰਜੇ ਤੇ ਤਾੜੀਆਂ ਵੀ ਵਜੀਆਂ ਦਰਸਲ ਕੈਲਗਰੀ ਫੋਰੈਸਟ ਲੌਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਜਸਰਾਜ ਸਿੰਘ ਹੱਲਣ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਭਾਰਤੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੇ ਮਿਲੀ ਜਿੱਤ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਇੱਕ ਸਾਲ ਤੋਂ ਭਾਰਤੀ ਕਿਸਾਨ ਮਜ਼ਦੂਰ ਦਿੱਲੀ ਦੇ ਵਿੱਚ ਸ਼ਾਂਤਮਈ ਮੁਜ਼ਾਰਾ ਕਰ ਰਹੇ ਸਨ ਗੁਰਪੁਰ ਮੌਕੇ ਪ੍ਰਧਾਨ ਮੰਤਰੀ ਨੇ ਬਿੱਲ ਵਾਪਸ ਲੈਣ ਦਾ ਐਲਾਨ ਕੀਤਾ ਜਿਸ ਲਈ ਉਹ ਸਾਰੇ ਸੰਘਰਸ਼ਮਈ ਕਿਸਾਨ ਵਧਾਈ ਦੇ ਪਾਤਰ ਨੇ ਇਸ ਦੌਰਾਨ ਪਾਰਲੀਮੈਂਟ ਦੇ ਵਿੱਚ ਜਸਰਾਜ ਸਿੰਘ ਹੱਲਣ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਵੀ ਲਾਏ last week six across the world celebrated gurpurab or the birth of guru nanak who taught the lessons of remembering god earning an honest living and sharing with others to celebrate Gurpurab, Red FM and the Dushmesh Culture Centre under the leadership of President Amanpreet Singh Gill and the entire Executive Committee raised over $700,000 in one day from Sangat for the Mata Sahib Koji Women and Children's Transitional Housing. Congratulations to everyone on this amazing initiative. It was an extra special Gurpurab, Mr. Speaker, as we saw the announcement of the repeal of three farm bills in India. Our Kisan farmers, brothers, sisters, and respected elders in India have been peacefully protesting over the last year in the cold streets and even faced attacks. But they persevered through their dedication. We thank each and every one of them for their incredible sacrifices and pray for their good health, success, and prosperity. Kassan Majdoor Ekta. ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਹੁਣ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਹੈ ਕਿ ਅਸੀਂ ਦਿੱਲੀ ਵਿੱਚ 250 ਸਕੂਲਾਂ ਦੀ ਕਾਇਆਕਲਪ ਕੀਤੀ ਹੈ ਤੁਸੀਂ ਦੱਸੋ ਕੀ ਕੀਤਾ ਸਿਸੋਧੀਆਂ ਨੇ ਦਿੱਲੀ ਦੇ 250 ਬੈਸਟ ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਨੇ ਉਹਨਾਂ ਸਕੂਲਾਂ ਦੀ ਸੂਚੀ ਜਾਰੀ ਕਰਕੇ ਦਾਵਾ ਕੀਤਾ ਹੈ ਕਿ ਅਸੀਂ ਇਨ੍ਹਾਂ ਸਕੂਲਾਂ ਦੇ ਸਕੂਲਾਂ ਦਾ 5 ਸਾਲਾਂ ਦੇ ਵਿੱਚ ਕਾਇਆ ਕਲਪ ਕੀਤਾ ਹੈ ਤੇ ਚੰਨੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਤੁਸੀਂ ਵੀ ਅਜਿਹੀ ਸੂਚੀ ਜਾਰੀ ਕਰੋ ਕਿ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਕੀ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਦਰਅਸਲ ਇਹ ਕਿਹਾ ਸੀ ਕਿ ਦਿੱਲੀ ਦੇ ਸਕੂਲਾਂ ਵਿੱਚ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਸਿਸੋਧਿਆ ਨੇ ਉਹ ਚੈਲੰਜ ਸਵੀਕਾਰ ਕਰਦੇ ਹਾਂ ਉਹਨਾਂ ਸਕੂਲਾਂ ਦੀ ਸੂਚੀ ਜਾਰੀ ਕਰ ਦਿੱਤੀ ਸਿਸੋਧਿਆ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਕਿਸੇ ਵੀ ਵਕਤ ਇਹਨਾਂ ਸਕੂਲਾਂ ਦਾ ਦੌਰਾ ਕਰ ਸਕਦੇ ਨੇ ਤੇ ਅਸੀਂ ਵੀ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਾਂਗੇ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਐਤਵਾਰ ਸ਼ਾਮ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਸੂਚੀ ਜਾਰੀ ਕਰ ਦੇਣਗੇ ਸਿਸੋਦੀਆ ਨੇ ਕਿਹਾ ਕਿ ਮੈਂ ਦਿੱਲੀ ਦੇ 250 ਬੈਸਟ ਸਕੂਲਾਂ ਦੀ ਲਿਸਟ ਜਾਰੀ ਕਰ ਰਿਹਾ ਜਿਨ੍ਹਾਂ ਦੇ ਵਿੱਚ ਸੁਧਾਰ ਹੋਇਆ ਹੈ ਸਿਸੋਦੀਆ ਨੇ ਇਹ ਵੀ ਕਿਹਾ ਕਿ ਹੁਣ ਪ੍ਰਗਟ ਸਿੰਘ ਵੀ ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਆ ਪੰਜਾਬ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਨ ਤਾਂ ਜੋ ਸਿੱਖਿਆ ਦੇ ਮੁੱਦੇ ਤੇ ਜਨਤਕ ਡਿਬੇਟ ਹੋ ਸਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਵਿੱਚ ਸਿੱਖਿਆ ਦੇ ਵਿਸ਼ੇ ਨੇ ਮੇ कुछ अनाउंसमेंट की टीचर्स के बारे में तो पंजाब के शिक्षा मंत्री जी ने कहा कि हमने पंजाब में पंजाब की जो सरकार है कांग्रेस की उसने बहुत काम किया है और दिल्ली में कोई काम नहीं हुआ है तो उसके बाद हमने उनसे कहा कि आप कुछ हमारे स्कूल देख लीजिए और हम आपके कुछ स्कूल देख लेते हैं और दोनों में मीडिया को लेके चलते हैं और वहाँ पे फिर देख के डिबेट करते हैं आपके स्कूल के काम पर और दिल्ली सरकार के स्कूल के काम पर पंजाब में पिछले पांच साल में सरकारी स्कूलों में जो इंप्रूवमेंट हुए उस पर बहस हो जाए दिल्ली में पिछले पांच साल में सरकारी स्कूलों में जो इंप्रूवमेंट हुए उस पर बहस हो जाए उसके रिएक्शन में पंजाब के शिक्षा मंत्री जी ने कहा कि हम कुछ स्कूल नहीं दस बारह स्कूल नहीं हम ढाई सौ स्कूल देखना चाहेंगे तो मुझे बहुत खुशी है कि वो ढाई स्कूल देखना चाहते थे आज मैं दिल्ली सरकार के 250 स्कूलों की लिस्ट जारी कर रहा हूं। पंजाब के शिक्षा मंत्री जी दोनों पहले पंजाब बुलाना चाहते हैं मैं पंजाब चलने को तैयार हूँ दिल्ली आना चाहते हैं मैं दिल्ली आने को तैयार हूं आके देखते हैं और फिर इस बहाने मीडिया भी साथ चले पंजाब की जनता देखे पंजाब की जनता देखे मीडिया के माध्यम से कि किस सरकार ने एक्चुअली स्कूल पे काम किया है और कौन सी केवल ब्लफ मार रही है ਦੀ ਖਬਰ ਪੜੇ ਜਾਣ ਤੱਕ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕੋਈ ਜਵਾਬ ਤਾਂ ਨਹੀਂ ਦਿੱਤਾ ਸੀ ਪਰ ਉਹਨਾਂ ਨੇ ਐਤਵਾਰ ਨੂੰ ਇੱਕ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ ਟਵਿੱਟਰ ਦੇ ਉੱਤੇ ਕਹਿੰਦੇ ਕਿ ਮੈਂ ਇੱਕ ਅਚਨਚੇਤ ਜਿਹੜਾ ਹੈਗਾ ਦੌਰਾ ਕੀਤਾ ਜਲੰਧਰ ਜ਼ਿਲ੍ਹੇ ਦੇ ਜਮਸ਼ੇਰ ਵਿਲੇਜ ਦੇ ਸਰਕਾਰੀ ਸਕੂਲ ਦਾ ਤੇ ਉੱਥੇ ਮੈਂ ਅਧਿਆਪਕਾਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਤੇ ਪਰਗਰਸਿਕ ਨੇ ਦੱਸਿਆ ਕਿ ਅਜਿਹੇ ਦੌਰੇ ਨੇ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਕਿ ਵਿਦਿਆਰਥੀਆਂ ਦਾ ਅਧਿਆਪਕਾਂ ਦਾ ਮੋਰਲ ਹੈ ਜਿਹੜਾ ਉਹ ਉੱਚਾ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਜਿਹੜੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੜਾਈ ਹੈ ਉਸ ਦੀ ਇਕੁਐਲਿਟੀ ਦਾ ਵੀ ਪਤਾ ਲੱਗਦਾ ਹੈ ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਤੋਂ ਪੰਜਾਬ ਦੇ ਵਿੱਚ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕਰਕੇ ਗਏ ਨੇ ਕਿ ਜੋ ਸਾਡੀ ਸਰਕਾਰ ਆਵੇਗੀ ਉਹ ਦੋਸੀ ਅਜਿਹਾ ਕਰਾਂਗੇ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਪੈਨਸ਼ਨ ਦਿਆ ਕਰਾਂਗੇ ਉਸ ਤੋਂ ਬਾਅਦ ਸਿਆਸਤ ਕਾਫੀ ਗਰਮਾਈ ਹੋਈ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਦੇ ਨਾਮ ਇੱਕ ਸੁਨੇਹਾ ਜਾਰੀ ਕੀਤਾ ਹੈ ਸੁਨੇਹੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਮੇਰੇ ਵੱਲੋਂ ਤੁਹਾਡੇ ਸਾਰਿਆਂ ਦੇ ਲਈ ਕੀਤੇ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਬੜੀ ਤਕਲੀਫ ਦੇ ਵਿੱਚ ਨੇ ਤੇ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਤੁਸੀਂ ਜਦੋਂ ਵੀ ਗੁਰੂ ਘਰ ਜਾਂ ਮੰਦਿਰ ਜਾਓ ਤਾਂ ਮੇਰੇ ਲਈ ਅਰਦਾਸ ਜ਼ਰੂਰ ਕਰਿਓ ਕੁਝ ਦਿਨ ਪਹਿਲਾਂ ਮੈਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਤੁਸੀਂ ਸਾਨੂੰ ਸਰਕਾਰ ਬਣਾਉਣ ਦਾ ਇੱਕ ਮੌਕਾ ਦਿਵੋ ਸਾਡੀ ਸਰਕਾਰ ਬਣਨ ਤੇ 18 ਸਾਲ ਤੋਂ ਵੱਧ ਉਮਰ ਦੀ ਹਰ ਤੀਨੂ ਹਰ ਪੈਨ ਅਤੇ ਹਰ ਮਾਣੂ ਹਰ ਮਹੀਨੇ 1000 ਰੁਪਏ ਦੇਵਾਂਗੇ ਪਰ ਕਾਂਗਰਸੀ ਭਾਜਪਾ ਅਤੇ ਅਕਾਲੀ ਦਲ ਵਾਲੇ ਮੈਨੂੰ ਗਾਲ੍ਹਾਂ ਕੱਢ ਰਹੇ ਹਨ ਕਹਿ ਰਹੇ ਨੇ ਕਿ ਇਸ ਤਰ੍ਹਾਂ ਤਾਂ ਸਰਕਾਰ ਕੰਗਾਲ ਹੋ ਜਾਵੇਗੀ ਜੇਕਰ ਮੈਂ ਇੱਕ ਤੀਨੂ ਉਸਦੇ ਕਾਲਜ ਦੀ ਫੀਸ ਭਰਨ ਲਈ 1000 ਰੁਪਏ ਦੇ ਰਿਹਾ ਤਾਂ ਇਹ ਕਹਿੰਦੇ ਨੇ ਸਰਕਾਰ ਕੰਗਾਲ ਹੋ ਜਾਵੇਗੀ ਸਰਕਾਰੀ ਖਜ਼ਾਨਾ ਤਾਂ ਇਨ੍ਹਾਂ ਸਿਆਸੀ ਆਗੂਆਂ ਨੇ ਖਾਲੀ ਕੀਤਾ ਹੈ ਇਹਨਾਂ ਸਿਆਸੀ ਆਗੂਆਂ ਨੇ ਸਾਰਾ ਪੈਸਾ ਲੁੱਟ ਕੇ ਆਪਣੇ ਘਰ ਪਰ ਲੈ ਮੈਂ ਇਸ ਲੁੱਟ ਨੂੰ ਬੰਦ ਕਰਾਂਗਾ ਤੁਹਾਨੂੰ ਬਸ ਇੱਕ ਬੇਨਤੀ ਹੈ ਜਦੋਂ ਅਗਲੀ ਵਾਰ ਗੁਰਦੁਆਰੇ ਜਾਂ ਮੰਦਿਰ ਜਾਓ ਤਾਂ ਸੱਚੇ ਦਿਲ ਤੋਂ ਰੱਬ ਤੋਂ ਵਾਹਿਗੁਰੂ ਤੋਂ ਮੇਰੇ ਲਈ ਵੀ ਆਸ਼ੀਰਵਾਦ ਮੰਗ ਲੈਣਾ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਸਿਆਸੀ ਰੰਗ ਨੇ ਜਿਹੜੇ ਉਹ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਨੇ ਗੂੜੇ ਹੁੰਦੇ ਜਾ ਰਹੇ ਨੇ ਤੇ ਇਹ ਜਿਹੜੀ ਸਿਆਸੀ ਨੋਖ-ਚੋਕ ਹੈ ਅਖੀਰ ਤੇ ਆ ਕੇ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਅਸਭਿਅਕ ਭਾਸ਼ਾ ਦੇ ਵਿੱਚ ਵੀ ਕਈ ਵਾਰੀ ਬਦਲ ਜਾਂਦੀ ਹੈ ਫਾਜ਼ਿਲਕਾ ਦੇ ਨਾਜ ਮੰਡੀ ਦੇ ਵਿੱਚ ਐਤਵਾਰ ਨੂੰ ਉਸ ਵਕਤ ਕਿਸਾਨਾਂ ਨੇ ਨਰਮੇ ਦੀ ਬੋਲੀ ਰੁਕਵਾ ਦਿੱਤੀ ਜਦੋਂ ਬੋਲੀ ਲਾਉਣ ਆਈ ਸੀਸੀਐਲ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਟੀਚਰਾਂ ਕੀਤੀਆਂ ਅਤੇ ਉਹਨਾਂ ਦੇ ਨਰਮੇ ਦਾ ਮੁੱਲ ਮਹਿਜ਼ 7000 ਰੁਪਏ ਦੱਸਿਆ ਕਿਸਾਨਾਂ ਨੇ ਕਿਹਾ ਕਿ ਇਹ ਸਾਡਾ ਵਪਾਰ ਹੈ ਸਾਡੀ ਰੋਜ਼ੀ ਰੋਟੀ ਹੈ ਰੋਜ਼ੀ ਰੋਟੀ ਨਾਲ ਟੀਚਰਾਂ ਬਰਦਾਸ਼ਤ ਨਹੀਂ ਕਰਾਂਗੇ ਮਾਮਲਾ ਭਖਿਆ ਤੱਕ ਕਿਸਾਨਾਂ ਨੇ ਕਾਟਨ ਫੈਕਟਰੀਆਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਕਿਸਾਨਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਜੋ ਕਿਸਾਨਾਂ ਨੂੰ ਸਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹ ਵੀ ਨਹੀਂ ਮਿਲ ਰਹੀਆਂ ਕਿਸਾਨਾਂ ਨੇ ਦੱਸਿਆ ਕਿ ਫਾਜ਼ਿਲਕਾ ਤੋਂ ਹੈ 100 ਕਿਲੋਮੀਟਰ ਦੂਰ ਰਾਜਸਥਾਨ ਦੇ ਵਿੱਚ ਨਰਮਾ 9900 ਪ੍ਰਤੀ ਕੁਇੰਟਲ ਵਿਕ ਰਿਹਾ ਹੈ 30 ਕਿਲੋਮੀਟਰ ਦੂਰ ਅਬੋਰ ਦੇ ਵਿੱਚ 8850 ਰੁਪਏ ਵਿਕ ਰਹੇ ਹਨ ਜਦਕਿ ਫਾਜ਼ਿਲਕਾ ਵਿੱਚ 82 ਤੋਂ 8400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਰਮਾ ਖਰੀਦਿਆ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਬੋਲੀ ਲਾਉਣ ਵਕਤ ਸਾਡੇ ਨਾਲ ਮਖੌਲ ਕੀਤੇ ਸਾਡੀ ਫਸਲ ਦੇ ਵਿੱਚ ਕਮੀਆਂ ਕੱਢ ਕੇ 7000 ਰੁਪਏ ਰੇਟ ਦੱਸਿਆ ਜਿਸ ਕਰਕੇ ਬੋਲੀ ਰੁਕਵਾ ਦਿੱਤੀ ਗਈ ਜਦ ਕਿ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਤਾਂ ਸਿਰਫ ਮਜ਼ਾਕ ਕੀਤਾ ਸੀ ਮਜ਼ਾਕ ਉਡਾਇਆ ਨਹੀਂ ਸੀ ਅਸੀਂ ਸਿਰਫ ਹਾਸੇ ਦੇ ਵਿੱਚ ਇਹ ਗੱਲ ਕਹਿ ਰਹੇ ਸੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਹੋਏ ਕਥਿਤ ਘਪਲੇ ਦੇ ਵਿੱਚ ਡੀਐਸਸੀਐਮਸੀ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਦਿੱਲੀ ਪੁਲਿਸ ਸਪੈਸ਼ਲ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰੇਗੀ ਹਰਵਿੰਦਰ ਸਿੰਘ ਸਰਨਾ ਨੇ ਪ੍ਰੈਸ ਕਾਨਫਰੰਸ ਕਰਦੇ ਆں ਦੱਸਿਆ ਕਿ ਪੈਸਿਆਂ ਦੇ ਘਪਲੇ ਵਿੱਚ ਦੋ ਆਦਮੀਆਂ ਦੇ ਨਾਂ ਮੁੱਖ ਤੌਰ ਤੇ ਸਾਹਮਣੇ ਨੇ ਮਨਜਿੰਦਰ ਸਿੰਘ ਸਿਰਸਾ ਤੇ ਹਰਮਿਤ ਸਿੰਘ ਕਾਲਕਾ ਦੋਵੇਂ ਆਦਮੀ ਜ਼ਿੰਮੇਵਾਰ ਨੇ ਕਹਿੰਦੇ ਅਸੀਂ ਉਸ ਰਾਤ ਜਦੋਂ ਗੋਲਕ ਦੇ ਵਿੱਚੋਂ ਪੈਸੇ ਘੱਟ ਨਿਕਲੇ ਸੀ ਪੈਸਿਆਂ ਤੇ ਡਾਕਾ ਪਿਆ ਸੀ ਉਸ ਰਾਤ 11 ਵਜੇ ਜਦੋਂ ਜਹਦ ਦੇ ਨਾਲ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇੱਕ ਹਫ਼ਤਾ ਇੰਤਜ਼ਾਰ ਵੀ ਕੀਤਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਸਰਨਾ ਨੇ ਕਿਹਾ ਸੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਅਸੀਂ ਲੀਡ ਦੇ ਦਿੱਤੀ ਹੈ ਦੋਸ਼ੀਆਂ ਦੇ ਖਿਲਾਫ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੋ ਵੀ ਤਾਰਾਵਾਂ ਲੱਗਦੀਆਂ ਨੇ ਉਸ ਤਹਿਤ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਮੁਕੱਦਮਾ ਦਰਜ ਤਾਂ ਥਾਣੇ ਵਿੱਚ ਹੋਇਆ ਪਰ ਜਾਂਚ ਡਿਸਟ੍ਰਿਕਟ ਇਨਵੈਸਟੀਗੇਸ਼ਨ ਯੂਨਿਟ ਯਾਨੀ ਕਿ ਡੀਆਈਯੂ ਨੂੰ ਸੌਂਪੀ ਗਈ ਹੈ। ਅਮਨੇ ਤਾਂ ਲਿਖ ਕੇ ਦੇ ਲਿਆ ਐਸਾ ਜੀ। ਅਮਨੇ ਇਸ ਐਫਆਈਆਰ ਮੈਂ ਸਾਡੇ ਅਰਧ ਜ਼ਿਲ੍ਹੇ ਦਾ ਜ਼ਿਕਰ ਕਰ ਦਿੱਤਾ ਹੈ। ਹੁਣ ਕਾਨੂੰਨ ਦੇ ਰਖਵਾਲੋ ਨੇ इसकी जो है ये लेनी है और अगर वो ले लेते हैं हमने तो रिजर्व बैंक को भी आगाह किया हुआ है रिजर्व बैंक को भी आगाह किया हुआ है और अगर ये संज्ञान लेते हैं तो ये निकल नहीं सकते हैं ये बहुत बड़ा क्षेत्रीगल करेंसी बिलकर देखिए सर ऐसा है अब साल लगे छह महीने लगे हैं अगर ये मुकाम पे पहुंच जाते हैं तो ये एक मिनट की बात होगी भी, भी एक साल में ये पकड़े गए हमारा काम था हमने चोरों को पकड़ लिया एफआईआर दर्ज करा दी गुरु महाराज के आगे अरदास कर दी संगत को बता दिया भाई ये चोर हैं ਮਠੰਡਾ ਜ਼ਿਲ੍ਹੇ ਦੇ ਰਾਮਪੁਰਾ ਦੇ ਪਿੰਡ ਜਲਾਲ ਤੋਂ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਬੱਚਿਆਂ ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪ੍ਰਿੰਸੀਪਲ ਨੇ 60 ਬੱਚਿਆਂ ਦੇ ਜ਼ਬਰੀ ਵਾਲ ਕਟਵਾ ਦਿੱਤੇ। ਸ਼ਨੀਵਾਰ ਨੂੰ ਆਪਰੀ ਇਸ ਘਟਨਾ ਨੇ ਮਾਪਿਆਂ ਦੇ ਵਿੱਚ ਰੋ ਪੈਦਾ ਕਰ ਦਿੱਤਾ ਹੈ। ਮਾਪਿਆਂ ਦਾ ਇਲਜ਼ਾਮ ਹੈ ਕਿ ਪ੍ਰਿੰਸੀਪਲ ਨੇ ਬਿਨਾਂ ਦੱਸੇ ਉਹਨਾਂ ਦੇ ਬੱਚਿਆਂ ਦੇ ਵਾਲ ਕਟਵਾ ਦਿੱਤੇ। ਉਹਨਾਂ ਨੇ ਪ੍ਰਿੰਸੀਪਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਤ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਿੰਸੀਪਲ ਨੇ ਸਾਨੂੰ ਆਪਣੀਆਂ ਜਮਾਤਾਂ ਦੇ ਵਿੱਚੋਂ ਬਾਹਰ ਬੁਲਾਇਆ ਤੇ ਫਿਰ ਪਹਿਲਾਂ ਤੋਂ ਹੀ ਬੁલાਏ ਗਏ ਨਾਈ ਤੋਂ ਸਾਡੇ ਵਾਲ ਕਟਵਾ ਦਿੱਤੇ ਉਹਨਾਂ ਦੱਸਿਆ ਕਿ ਲਗਭਗ 60 ਵਿਦਿਆਰਥੀਆਂ ਦੇ ਵਾਲ ਕੱਟੇ ਗਏ ਨੇ ਹਾਲਾਂਕਿ ਪ੍ਰਿੰਸੀਪਲ ਇਸ ਬਾਰੇ ਆਪਣੇ ਊਲ-ਜਲੂਲ ਤਰਕ ਦੇ ਰਹੀ ਹੈ ਵਾਲ ਕੱਟਣ ਵਾਲੇ ਨਾਈ ਨੇ ਵੀ ਦੱਸਿਆ ਕਿ ਪ੍ਰਿੰਸੀਪਲ ਦੇ ਹੁਕਮਾਂ ਤੇ ਹੀ ਵਾਲ ਕੱਟੇ ਗਏ ਨੇ ਮੇਰਾ ਕੋਈ ਗੁਨਾਹ ਨਹੀਂ ਹੈ ਦਰਦਸ਼ਾਹੀ ਫਰਮਾਨ ਕਰਨ ਵਾਲੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਈ ਵਾਰੀ ਮੈਂ ਬੱਚਿਆਂ ਨੂੰ ਕਹਿ ਚੁੱਕੀ ਸੀ ਕਿ ਵਾਲ ਇਸ ਤਰੀਕੇ ਦੇ ਨਾਲ ਕਟਵਾਓ ਪਰ ਬੱਚੇ ਨਹੀਂ ਮੰਨੇ ਅਖੀਰ ਇਹ ਕਦਮ ਚੁੱਕਣਾ ਪਿਆ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਬੱਚੇ ਵੱਖ-ਵੱਖ ਡਿਜ਼ਾਈਨਾਂ ਦੇ ਵਾਲ ਕੰਗੀ ਕਰਕੇ ਆਉਂਦੇ ਸੀ ਇਸ ਲਈ ਮੇਰੇ ਫੈਸਲੇ ਦਾ ਵਿਰੋਧ ਕਰਨਾ ਠੀਕ ਨਹੀਂ ਹੈ ਕਿਉਂਕਿ ਮੈਂ ਸਿਰਫ ਅਨੁਸ਼ਾਸਨ ਬਣਾ ਕੇ ਰੱਖਣ ਲਈ ਇਹ ਕੀਤਾ ਹੈ ਬੱਚਿਆਂ ਦੇ ਮਾਪਿਆਂ ਦੇ ਵਿੱਚ ਕਾਫੀ ਗੁੱਸਾ ਹੈ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕਰਦੇ ਕਿਹਾ ਹੈ ਕਿ ਪ੍ਰਿੰਸੀਪਲ ਨੇ ਸਭ ਕੁਝ ਤੈ ਯੋਜਨਾ ਦੇ ਤਹਿਤ ਕੀਤਾ ਹੈ ਪਹਿਲਾਂ ਨਾਈ ਸੱਦਿਆ ਗਿਆ ਤੇ ਫਿਰ ਬੱਚਿਆਂ ਨੂੰ ਚੁਣ-ਚੁਣ ਕੇ ਉਹਨਾਂ ਦੇ ਜ਼ਬਰੀ ਵਾਲ ਕੱਟੇ ਗਏ ਨੇ ਜਦਕਿ ਬੱਚਿਆਂ ਨੂੰ ਇਸ ਵਾਰੇ ਭਿੰਨਕ ਵੀ ਨਹੀਂ ਸੀ ਕਿ ਕਲਾਸੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣਗੇ ਹਾਲਾਂਕਿ ਖਬਰ ਲਿਖੇ ਜਾਣ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਵੀ ਕਾਰਵਾਈ ਦੀ ਖਬਰ ਨਹੀਂ ਮਿਲੀ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਮਲੇਰਕੋਟਲਾ ਤੋਂ Nusrat Ali Khan ਹੋਰ ਗੋਬਿੰਦਪੁਰ ਤੋਂ Rajanbir Singh ਕਾਦੀਆਂ ਤੋਂ Gur Iqbal Singh ਮਾਹਲ ਫਿਰੋਜ਼ਪੁਰ ਤੋਂ Rohit Bora ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਤੇ ਹੁਣ ਅਕਾਲੀ ਦਲ ਕੁੱਲ 88 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ ਸੁਖਬੀਰ ਬਾਦਲ ਨੇ ਐਤਵਨੂੰ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੇ ਵੱਲੋਂ ਅਸੀਂ ਇੰਡਸਟਰੀ, ਟ੍ਰੇਡ, ਵਪਾਰੀਆਂ, ਦੁਕਾਨਦਾਰਾਂ ਦੇ ਵਾਸਤੇ 13 ਨੁਕਾਤੀ ਪ੍ਰੋਗਰਾਮ ਲਿਆਵਾਂਗੇ। ਜਦੋਂ ਸਾਡੀ ਸਰਕਾਰ ਆਏਗੀ ਤਾਂ ਇਹਨਾਂ ਸਾਰੇ ਵਰਗਾਂ ਨੂੰ ਰਾਹਤ ਦਿੱਤੀ ਜਾਵੇਗੀ। ਹੁਣ ਬਿਊਰੋਕਰੇਟ ਪੰਜਾਬ ਦੇ ਵਿੱਚ ਪਾਲਿਸੀ ਨਹੀਂ ਬਣਾਵੇਗਾ। ਮੈਂ ਗਰੰਟੀ ਦਿੰਦਾ ਕਿ ਜੋ ਤੱਕ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਰਹੇਗੀ, ਉਦੋਂ ਤੱਕ ਕੋਈ ਵੀ ਅਫਸਰ ਕਿਸੇ ਇੰਡਸਟਰੀ ਜਾਂ ਦੁਕਾਨ ਦੇ ਵਿੱਚ ਦਖਲਅੰਦਾਜ਼ੀ ਜਾਂ ਰੇਡ ਮਾਰਨ ਵਾਸਤੇ ਨਹੀਂ ਜਾ ਸਕੇਗਾ। ਅਸੀਂ ਵਪਾਰੀਆਂ ਨੂੰ ਵਪਾਰ ਵਧਾਉਣ ਦਾ ਪੂਰਾ ਮੌਕਾ ਦੇਵਾਂਗੇ ਹਾਲਾਂਕਿ ਸੁਖਬੀਰ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਤੋਂ ਸ ਇੱਕ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਹੀ ਵੱਟ ਲਿਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਈਡੀ ਅਤੇ ਕਾਰਵਿਭਾਗ ਦੀ ਰੇਡ ਬਾਰੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਤੁਹਾਡੇ ਕਰੀਬੀਆਂ ਦੇ ਦਫਤਰਾਂ 'ਚ ਛਾਪੇਮਾਰੀ ਹੋ ਰਹੀ ਹੈ ਤਾਂ ਸੁਖਬੀਰ ਨੇ ਕਿਹਾ ਕਿ ਮੈਂ ਇਸ ਤੇ ਗੱਲ ਹੀ ਨਹੀਂ ਕਹਿਣਾ ਮੈਂ ਇਸ ਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ ਏਜੰਸੀ ਦਾ ਕੰਮ ਹੈ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਤੇ ਪੱਤਰਕਾਰਾਂ ਨੇ ਜਦੋਂ ਮੁੜ ਤੋਂ ਸਵਾਲ ਕੀਤਾ ਕਿ ਤੁਹਾਡੇ ਕਰੀਬੀਆਂ ਤੇ ਚੋਣਾਂ ਤੋਂ ਪਹਿਲਾਂ ਹੀ ਕਿਉਂ ਛਾਪੇਮਾਰੀ ਕੀਤੀ ਗਈ ਹੈ ਤਾਂ ਸੁਖਬੀਰ ਬਾਦਲ ਬਿਨਾਂ ਕੁਝ ਬੋਲੇ ਪ੍ਰੈਸ ਕਾਨਫਰੰਸ ਬੰਦ ਕਰਕੇ ਚਲੇ ਗਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਮ ਮਹਾਭਾਰਤ ਤੇ ਸ਼੍ਰੀਮਦ ਪਗਵਤ ਗੀਤਾ ਦੇ ਤਿੰਨ ਮਹਾਕਾਵਿਆਂ ਤੇ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਤੇਲੰਗਾਨਾ ਦੇ ਨਾਲਗੋਂਡਾ ਜ਼ਿਲ੍ਹੇ ਦੇ ਇੱਕ ਲੋੜਵੰਦ ਪਰਿਵਾਰ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਸੋਨੂ ਸੂਦ ਮੱਝਾਂ ਖਰੀਦ ਕੇ ਦੇਣਗੇ। ਤੇਲੰਗਾਨਾ ਦੇ ਇਸ ਪਰਿਵਾਰ ਦੇ ਘਰ ਦੇ ਮੁਖੀ ਆ ਦੀ ਕੋਰੋਨਾ ਕਰਕੇ ਮੌਤ ਹੋ ਚੁੱਕੀ ਹੈ। ਬੱਚਿਆਂ ਦੀ ਮਾਂ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੈ। ਬੱਚੇ 3 ਹਨ। ਜਿਸ ਦੇ ਚਲਦਿਆਂ ਉਹਨਾਂ ਨੇ ਸੋਨੂ ਸੂਦ ਨੂੰ ਮਦਦ ਦੀ ਅਪੀਲ ਕੀਤੀ। ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੋਨੂ सूद ਨੇ ਇਸ ਪਰਿਵਾਰ ਦੀ ਅਪੀਲ ਨੂੰ ਮੰਨ ਲਿਆ ਪਰ ਨਾਲ ਹੀ ਇਹ ਜ਼ਰੂਰ ਕਿਹਾ ਕਿ ਮੈਂ ਗਰੀਬ ਪਰਿਵਾਰ ਦੀ ਮੰਗ ਪੂਰੀ ਕਰਾਂਗਾ ਮੱਝਾਂ ਜ਼ਰੂਰ ਦਿਵਾਵਾਂਗਾ ਬਸ਼ਰਤੇ ਕਿ ਤੁਸੀਂ ਦੁੱਧ ਵਿੱਚ ਪਾਣੀ ਮਿਲਾ ਕੇ ਨਾ ਵੇਚਿਓ ਉੱਤਰ ਪ੍ਰਦੇਸ਼ ਦੇ ਵਿੱਚ ਐਤਵਾਰ ਨੂੰ ਹੋਣ ਵਾਲੀ ਯੂਪੀਟੀਈਟੀ ਯਾਨੀ ਕਿ ਅਧਿਆਪਕ ਯੋਗਤਾ ਪ੍ਰੀਖਿਆ 2021 ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਜਿਸ ਤੋਂ ਬਾਅਦ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਤੇ ਹੁਣ 28 ਨਵੰਬਰ ਵਾਲੀ ਜਿਹੜੀ ਪ੍ਰੀਖਿਆ ਹੈ ਉਸ ਦੀ ਨਵੀਂ ਤਰੀਕ ਐਲਾਨੀ ਜਾਵੇਗੀ ਪੁਲਿਸ ਨੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿੱਚ 26 ਜਣਿਆਂ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗ੍ਰਿਫਤਾਰ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਤੇ 8 ਨਵੰਬਰ ਨੂੰ ਆਪਣੇ ਮਹੀਨਾਵਾਰ ਪ੍ਰੋਗਰਾਮ ਮਨ ਕੀ ਬਾਤ ਵਿੱਚ ਫਿਰ ਆਪਣੇ ਹੀ ਮਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਸਟਾਰਟਅੱਪਸ ਦਾ ਯੁੱਗ ਹੈ। ਭਾਰਤ ਇਸ ਖੇਤਰ ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। 70 ਤੋਂ ਵੱਧ ਸਟਾਰਟਅੱਪ ਇੱਕ ਅਰਬ ਡਾਲਰ ਤੋਂ ਵੱਧ ਉਪਾਰ ਕਰ ਚੁੱਕੇ ਨੇ। ਸਟਾਰਟਅੱਪ ਇਕਾਈਆਂ ਜੋ 1 ਅਰਬ ਡਾਲਰ ਤੋਂ ਵੱਧ ਨੂੰ ਪਾਰ ਕਰਦੀਆਂ ਨੇ ਉਹਨਾਂ ਨੂੰ ਯੂਨੀਕੌਰਨ ਕਿਹਾ ਜਾਂਦਾ ਹੈ ਤੇ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ 70 ਤੋਂ ਵੱਧ ਅਜਿਹੀਆਂ ਇਕਾਈਆਂ ਨੇ। ਚਾਰਖੰਡ ਤੋਂ ਖਬਰ ਹੈ ਜਿੱਥੇ ਕਸ਼ਮੀਰੀ ਫੇਰੀ ਵਾਲਿਆਂ ਨੂੰ ਜੈ ਸ਼੍ਰੀ ਰਾਮ ਦੇ ਜ਼ਬਰੀ ਨਾਰੇ ਲਾਉਣ ਲਈ ਮਜਬੂਰ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਨੂੰ ਹੁੱਲੜਬਾਜ਼ਾਂ ਦਾ ਨਾਮ ਦਿੱਤਾ ਹੈ ਇਨਾ ਕਸ਼ਮੀਰੀ ਫੇਰੀ ਵਾਲਿਆਂ ਨੂੰ ਜੈ ਸ਼੍ਰੀ ਰਾਮ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਉਣ ਦੇ ਲਈ ਮਜਬੂਰ ਕੀਤਾ ਸੀ ਕਸ਼ਮੀਰ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਜੋ ਠੰਡ ਦੇ ਕੱਪੜੇ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦੇ ਨੇ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਲੋਕਾਂ ਨੇ ਰਾਜੀ ਦੇ ਦੁਰਾਂਦਾ ਇਲਾਕੇ ਦੇ ਵਿੱਚ ਉਸ ਸਮੇਤ ਉਸਦੇ ਕੁਝ ਹੋਰ ਦੋਸਤਾਂ ਦੇ ਉੱਤੇ ਹਮਲਾ ਕੀਤਾ ਜਿਹੜੇ ਕਿ ਇਸ ਤਰ੍ਹਾਂ ਘਰ-ਘਰ ਜਾ ਕੇ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਪੱਛਮੀ ਬੰਗਾਲ ਦੇ ਵਿੱਚ ਹਾਦਸੇ ਦੀ ਖਬਰ ਹੈ ਜਿੱਥੇ ਨਾਦੀਆ ਜ਼ਿਲ੍ਹੇ ਦੇ ਵਿੱਚ ਸ਼ਨੀਵਾਰ ਦੇ ਰਾਤ লাশ ਨੂੰ ਲਿਜਾ ਰਹੇ ਵਾਹਨ ਦੇ ਸੜਕ ਉੱਤੇ ਖੜੇ ਟਰੱਕ ਨਾਲ ਟਕਰਾਉਣ ਕਾਰਨ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ 18 ਜਣਿਆਂ ਦੀ ਮੌਤ ਹੋ ਗਈ ਤੇ 5 ਜ਼ਖਮੀ ਹੋ ਗਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿੰਨੀ ਟਰੱਕ ਦੇ ਵਿੱਚ 35 ਤੋਂ ਵੱਧ ਲੋਕ ਸਵਾਰ ਸਨ ਤੜਕੇ 3 ਵਜੇ ਦੇ ਕਰੀਬ ਹੰਸ ਖਾਲੀ ਦੇ ਵਿੱਚ ਵਾਹਨ ਨੇ ਪੱਥਰਾਂ ਨਾਲ ਭਰੇ ਇੱਕ ਹੋਰ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 12 ਜਣਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ 6 ਜਣਿਆਂ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਕਾਂਗਰਸ ਦੇ ਲੀਡਰ ਅਦੀ ਰੰਜਨ ਚੌਧਰੀ ਨੇ ਲੋਕ ਸਭਾ ਦੇ ਸਪੀਕਰ ਨੂੰ ਬਿਰਲਾ ਨੂੰ ਚਿੱਠੀ ਲਿਖ ਕੇ ਸੰਸਦ ਦੀ ਪ੍ਰੈਸ ਗੈਲਰੀ ਦੇ ਵਿੱਚ ਮੀਡੀਆ ਕਰਮੀਆਂ ਤੇ ਲਾਈਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ ਚੌਧਰੀ ਨੇ ਚਿੱਠੀ ਵਿੱਚ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਦਿਆਂ ਕਿਹਾ ਕਿ ਬਹੁਤ ਹੀ ਦੁਖਦਾਈ ਹੈ ਕਿ ਇਸ ਮੁਲਕ ਦੇ ਵਿੱਚ ਮੀਡੀਆ ਨੂੰ ਲੋਕਤੰਤਰ ਦੇ ਮੰਦਰ ਭਾਵ ਸੰਸਦ ਦੀ ਕਾਰਵਾਈ ਨੂੰ ਕਵਰ ਹੀ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਮੀਡੀਆ ਕਰਮੀਆਂ ਨੂੰ ਸੰਸਦ ਦੀ ਪ੍ਰੈਸ ਗੈਲਰੀ ਵਿੱਚ ਜਾਣ ਹੀ ਨਹੀਂ ਦਿੱਤਾ ਗਿਆ ਤੇ ਜੇ ਇਹ ਲੋਕਤੰਤ੍ਰਿਕ ਮੁਲਕ ਹੈ ਤਾਂ ਇਥੇ ਲੋਕਤੰਤਰ ਦੇ ਚੌਥੇ ਥੰਮ ਨੂੰ ਜ਼ਰੂਰ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਦਰਅਸਲ 29 ਨਵੰਬਰ ਸੋਮਵਾਰ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਨੇ ਇਹ ਮੰਗ ਕੀਤੀ ਹੈ ਪਰ ਮੋਦੀ ਸਰਕਾਰ ਨੇ ਹਾਲੇ ਤੱਕ ਇਸ ਤੇ ਕੋਈ ਵਿਚਾਰ ਨਹੀਂ ਕੀਤਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਨੇ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਰੱਖਿਆ ਤੇ ਹੁਣ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੇ ਮਦਦ ਦੇ ਲਈ ਜਿਹੜਾ ਟਰੂਡੋ ਸਰਕਾਰ ਨੇ ਤੁਰੰਤ ਰਾਹਤ ਜਾਰੀ ਕੀਤੀ ਸੀ ਉਸ ਤੋਂ ਬਾਅਦ ਉੱਥੇ ਆਮ ਵਰਗੇ ਹਾਲਾਤ ਜਲਦੀ ਹੋ ਸਕਦੇ ਨੇ ਸਰੀ ਫਲੀਟਵੁੱਡ ਤੋਂ ਐਮ ਐਲ ਏ ਤੇ ਐਨ ਡੀ ਪੀ ਕੌਕਸ ਦੇ ਚੇਅਰਮੈਨ ਜਗਰੂਪ ਸਿੰਘ ਬਰਾੜ ਨੇ ਇਹ ਦਾਅਵਾ ਕੀਤਾ ਹੈ ਕਿ ਹਾਈਵੇ 1 ਖੋਲ ਦਿੱਤਾ ਗਿਆ ਹੈ ਹੜ੍ਹ ਪ੍ਰਭਾਵਿਤ ਬਾਕੀ ਰਾਹਾਂ ਦੀ ਵੀ ਤੇਜ਼ੀ ਨਾਲ ਮੁਰੰਮਤ ਕੀਤੀ ਜਾ ਰਹੀ ਹੈ ਹਾਈਵੇ 1 ਖੁੱਲਣ ਦੇ ਨਾਲ ਲੋਅਰ ਮੇਨਲੈਂਡ ਦੇ ਵਿੱਚ ਖਾਦ ਪਦਾਰਥਾਂ ਦੀ ਸਪਲਾਈ ਆਈ ਗਈ ਹੈ ਰਾਹ ਬੰਦ ਹੋਣ ਕਰਕੇ ਪਿਛਲੇ ਦਿਨੀ ਦੁੱਧ ਦੀ ਕਿੱਲਤ ਆਈ ਸੀ ਉਸ ਦੀ 90% ਦੀ ਪੂਰਤੀ ਕੀਤੀ ਜਾ ਚੁੱਕੀ ਹੈ ਬੀਸੀ ਸਰਕਾਰ ਵੱਲੋਂ ਹੜ੍ਹ ਤੋਂ ਪ੍ਰਭਾਵਿਤ ਹੋਏ ਲੋਕਾਂ ਲਈ 2000 ਡਾਲਰ ਐਮਰਜੈਂਸੀ ਸਹਾਇਤਾ ਦੇ ਬਾਰੇ ਵੀ ਬਰਾਡ ਨੇ ਦੱਸਿਆ ਕਿ ਇਹ ਸਹਾਇਤਾ ਪ੍ਰਾਪਤ ਕਰਨ ਦੇ ਲਈ ਪ੍ਰਭਾਵਿਤ ਲੋਕ ਰੈੱਡ ਕਰਾਸ ਦੇ ਨਾਲ ਫੋਨ ਨੰਬਰ 18008636582 ਤੇ ਸੰਪਰਕ ਕਰ ਸਕਦੇ ਨੇ ਸੋ ਕੈਨੇਡਾ ਦੇ BC ਦੇ ਵਿੱਚ ਰਹਿੰਦੇ ਜਿਹੜੇ ਵੀ ਲੋਕ ਨੇ ਕਿਉਂਕਿ ਉੱਥੇ ਪੰਜਾਬੀ ਵੀ ਵੱਧ ਗਿਣਤੀ ਦੇ ਵਿੱਚ ਵਸਦੇ ਨੇ ਜਿਹੜੇ ਕਿ ਪ੍ਰਭਾਵਿਤ ਨੇ ਜਿਨ੍ਹਾਂ ਨੂੰ 2000 ਡਾਲਰ ਐਮਰਜੈਂਸੀ ਸਹਾਇਤਾ ਚਾਹੀਦੀ ਹੈ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ